ਜਨਾਬ ਤੇ ਪੁੱਤਰ ਇਹ ਗੱਲ ਤੂੰ ਮੈਨੂੰ ਵੀ ਦੱਸ ਸਕਦਾ ਸੀ ਮੈਂ ਵੀ ਕਰ ਸਕਦਾ ਸੀ ਵੈਲਕਮ ਹਰ ਵਾਰੀ ਖਰਾਬ ਵੈਲਕਮ ਨਾਲ ਹੀ ਕੋ ਬੁਲਾਣਾ ਹੁੰਦਾ ਤੁਸੀਂ ਨਵੀਂ ਮੈਡਮ ਨਾਲ ਗੱਲਾਂ ਲੱਗੇ ਸੀ ਮੈਂ ਗੱਲਾਂ ਨਹੀਂ ਲੱਗਾ ਸੀ ਕੁਝ ਪੁੱਛ ਰਿਹਾ ਸੀ ਉਹਨੂੰ ਜਿਹੜਾ ਹੁਣ ਤੁਹਾਡੇ ਸਾਹਮਣੇ ਪੁੱਛਣ ਲੱਗਾ ਉਹਨੂੰ ਹੀ ਗੱਲਾਂ ਕਹਿੰਦੇ ਆ ਜੀ ਪੁੱਤਰ ਮੈਂ ਤੇਰੀਆਂ ਗੱਲਾਂ ਦੇ ਚਪੇੜਾ ਮਾਰਨੀਆਂ ਔਰ ਐਸੀਆਂ ਮਾਰਨੀਆਂ ਨੇ ਕਿ ਦੋਨੋਂ ਪਾਸੇ ਲਾਲ ਹੋਏ ਨੇ ਤੇ ਮੈਨੂੰ ਦੱਸਣ ਦੀ ਲੋੜ ਨਹੀਂ ਪੈਣੀ ਕਿ ਕਿਹਦੇ ਨਾਲ ਮਿਲਣੀ ਹੋ ਹਾਂਜੀ ਤੁਸੀਂ ਦੱਸੋ ਕਿ ਜੀ ਆਪਣਾ ਹਾਂ ਮੈਂ ਤੁਹਾਨੂੰ ਗਾਣੇ ਵੱਲੋਂ ਕਿਹਾ ਸੀਗਾ ਗਾਣਾ ਤੁਸੀਂ ਪਹਿਲੇ ਕੋਈ ਬੋਲੀ ਕੋਈ ਗਾਣਾ ਜੋ ਤੁਹਾਨੂੰ ਅੱਛਾ ਲੱਗਦਾ ਸਾਡੇ ਦਰਸ਼ਕਾਂ ਨੂੰ ਪਤਾ ਚੱਲ ਜਾਏ ਕਿ ਜੇ ਲਵ ਯੂ ਦੀ ਭੈਣ ਆਈ ਹੈ ਤਾਂ ਲਵ ਯੂ ਵਰਗੀ ਹੈ ਵੀ ਹੈ ਕਿ ਨਹੀਂ ਕਿਉਂਕਿ ਤੁਹਾਨੂੰ ਮੈਂ ਦੱਸ ਦਵਾਂ ਦਰਸ਼ਕ ਬਹੁਤ ਪਿਆਰ ਕਰਦੇ ਸੀ ਲਵ ਯੂ ਨੂੰ ਥਾਣੇਦਾਰ ਮੈਨੂੰ ਲੱਗਦਾ ਬਹੁਤ ਸੋਹਣਾ ਗਾਊਗੀ ਇਹ ਬਾਬਾ ਤੇਰੇ ਅਰਗੇ ਨਾ ਅਖਾੜੇ 'ਚ ਸਭ ਤੋਂ ਅੱਗੇ ਨਿਆਣਿਆਂ ਵਾਲੀ ਲਾਈਨ 'ਚ ਬਹਿ ਕੇ ਭੰਗੜਾ ਪਾਉਂਦੇ ਹੁੰਦੇ ਆ ਐਵੇਂ ਚੱਲ ਜਾਂਦੇ ਆ ਪਤਾ ਹੋਵੇ ਨਾ ਹੋਵੇ ਸੱਦਿਆ ਨਾ ਹੋਵੇ ਐਵੇਂ ਉੱਥੇ ਇੰਜ ਇੰਜ ਕਰੀ ਤੈਨੂੰ ਬਹੁਤਾ ਪਤਾ ਚੰਗਾ ਗਾਊਗੀ ਤੈਨੂੰ ਕਿੱਦਾਂ ਪਤਾ ਉਹੀ ਤਾਂ ਮੈਂ ਕਰਗਾ ਤਾਂ ਮੂੰਹ ਇਹਦਾ ਲਾ ਵੀ ਬਾਬਾ ਤੇਰੀ ਵੀ ਸ਼ਕਲ ਕਿਸੇ ਚੌਥੇ ਕਾਲੇ ਸੁਰ ਤੋਂ ਘੱਟ ਨਹੀਂ ਹੈਗੀ ਤੂੰ ਵੀ ਉਦਾਂ ਦਾ ਹੀ ਲੱਗਦਾ ਚਲੋ ਛੱਡੋ ਮੈਡਮ ਬਾਬਾ ਅਵੋਇਡ ਕਰੋ ਤੇ ਤੁਸੀਂ ਅੱਗੇ ਵਧੋ ਦੁਨੀਆ ਤੇ ਤੇ ਫਿਰ ਸਰ ਮੈਂ ਸੁਣਾ ਦਵਾਂ ਗੀਤ ਹਾਂ ਸੁਣਾਓ 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 ਕੁੜੀ ਦੀ ਬਾਤ ਚ ਦਰਸਲ ਬੋਲੀ ਪਾਣਾ ਚਾਹਨੀ ਆ ਅੱਛਾ ਦਰਸਲ ਬੋਲੀ ਕਿਹੜੀ ਹੁੰਦੀ ਦਰਸਲ ਮੇਰੇ ਕਹਿਣ ਦਾ ਭਾਵ ਹੈ ਕਿ ਐਕਚੁਅਲੀ ਮੈਂ ਬੋਲੀ ਪਾਣਾ ਚਾਹਨੀ ਆ ਅੰਗਰੇਜ਼ੀ ਚ ਪਾਉਗੀ ਇਹ ਬੋਲੀ ਅੰਗਰੇਜ਼ੀ ਚ ਹੈ ਐਕਚੁਅਲੀ ਅੰਗਰੇਜ਼ੀ ਚ ਬੋਲੀ ਪਾਉਗੀ ਬਾਬਾ ਪੁੱਠੇ ਆ ਫਰਗਾ ਮੂੰਹ ਆ ਤੇਰਾ ਮੈਂ ਤਾਂ ਦੇਖਿਆ ਹੀ ਆ ਮੇਰੇ ਉਸਤਾਦ ਨੇ ਕਿਹਾ ਸੀ ਪਹਿਲਾਂ ਇਜਾਜ਼ਤ ਲੈਣੀ ਚਾਹੀਦੀ ਹੈ ਤਾਂ ਕਰਕੇ ਮੈਂ ਪੁੱਛ ਰਹੀ ਹਾਂ ਹਲੇ ਫੜ ਹੁਣ ਦਿੱਲੀ ਪਾਰਲੀਮੈਂਟ ਚ ਲੈਣੀ ਹੈ ਦੇਤੀ ਇਜਾਜ਼ਤ ਸ਼ੁਰੂ ਅੱਛਾ ਚਲੋ ਚੁੱਪ ਕਰੋ ਮੈਂ ਸੁਣਾਉਂਦੀ ਹਾਂ ਬਾਪੂ ਇਜਾਜ਼ਤ ਦੇਣ ਲੱਗਾ ਹੀ ਬਹੁਤ ਅੱਛੀ ਬਾਪੂ ਆਖਰੀ ਇਜਾਜ਼ਤ ਹੀ ਉਹ ਵੀ ਦੇਤੀ ਰੱਖ ਲੈ ਕੋਲ ਕੰਮ ਪਾਈ ਨਹੀਂ ਤੈਨੂੰ ਇਹ ਨਾ ਹੋਵੇ ਬੱਸ ਚ ਤੈਨੂੰ ਇਜਾਜ਼ਤ ਨਾ ਮਿਲੇ ਤੇ ਬਾਅਦ ਚ ਤੂੰ ਤਰਸਦਾ ਰਵੇਂ ਕਦੇ ਹੂੰ ਕਰਕੇ ਹੂੰ ਕਦੇ ਹਾਂ ਕਰਕੇ ਓਏ ਹੋ ਕਦੇ ਹੂੰ ਕਰਕੇ ਕਦੇ ਹਾਂ ਕਰਕੇ 500 ਰੁਪਈਆ ਫੜਾ ਜਾ ਮੈਨੂੰ ਲੰਮੀ ਬਾਂਹ ਕਰਕੇ 500 ਰੁਪਈਆ ਫੜਾ ਜਾ ਮੈਨੂੰ ਲੰਮੀ ਬਾਂਹ ਕਰਕੇ ਲਓ ਜੀ ਮਤਲਬ ਤੁਹਾਡੀ ਬੋਲੀ 'ਚ ਵੀ ਡਿਮਾਂਡ ਹੈ ਉਹ 'ਚ ਵੀ ਤੁਸੀਂ ਕਹਿੰਦੇ ਹੋ ਕਿ ਕਦੋਂ ਪੈਸੇ ਆ ਜਾਣ ਇਹ ਤੁਹਾਡੀ ਦੋਨਾਂ ਭੈਣਾਂ ਦਾ ਇਹੀ ਹਾਲ ਹੈ ਇੱਕ ਤੁਹਾਡੀ ਉਹ ਤੀਸਰੀ ਭੈਣ ਮਿਸੀ ਹੋ ਅੱਛਾ ਵੈਸੇ ਇੱਕ ਚੀਜ਼ ਤੂੰ ਨੋਟ ਕੀਤੀ ਜੀ ਇਹ ਦੋਨੋਂ ਭੈਣਾਂ ਤੇ ਫਿਰ ਕਿਤੇ ਠੀਕ ਠੂਕ ਆ ਥੋੜੀਆਂ ਜਿਹੀਆਂ ਮੈਂ ਨਾਜ਼ਾ ਨਾ ਪਲੀਆਂ ਨਾ ਇਸ ਕਰਕੇ ਦੋਨੋਂ ਭੈਣਾਂ ਮਤਲਬ ਘੈਂਟ ਆ ਹਾਂ ਉਹ ਤੀਸਰੀ ਨੂੰ ਕੀ ਹੋਇਆ ਇਹ ਤੀਸਰੀ ਵਾਰੀ ਲੈਟ ਮਤਲਬ ਚਲੋ ਛੱਡੋ ਜੀ ਅੱਛਾ ਮੇਰੀ ਗੱਲ ਸੁਣੋ ਛੱਡੋ ਜੀ ਆਨੇ ਬਾਬੇ ਨੂੰ ਪੁੱਛਾ ਹਾਂ ਬਾਬਾ ਹੁਣ ਦੱਸ ਤੇਰਾ ਕੀ ਮਸਲਾ ਉਹ ਮੇਰਾ ਖਾਤਾ ਖੋਲ ਦੇ ਇਹਦੇ ਤੇ ਇਹ ਤੇ ਕਿਹੜਾ ਖਾਤਾ ਖੋਲਦਾ ਬਾਬਾ ਖਾਤਾ ਡਾਕਖਾਨੇ ਜਾ ਬਾਪੂ ਉਹ ਤੇਰੀ ਦਾਦੀ ਨੂੰ ਕਹਿ ਜਾ ਡਾਰਲਿੰਗ ਤੇਰੀ ਨੂੰ ਮੇਰੀ ਗੱਲ ਸੁਣਦਾ ਅਣੇ ਦਾਰਾ ਤੂੰ ਬੰਦਾ ਮੈਨੂੰ ਦਾਦੀ ਨੂੰ ਡਾਰਲਿੰਗ ਕਹਿ ਲੈਣਾ ਹਾਂ ਉਹਨੇ ਜੋ ਤੈਨੂੰ ਕਹਿਣਾ ਨਾ ਤੇਰੇ ਤੋਂ ਸੁਣਿਆ ਨਹੀਂ ਜਾਣਾ ਨਾ ਖੜਾ ਖੜਾ ਤੇਰਾ ਕੰਨਾਂ 'ਚ ਖੂਨ ਨਿਕਲ ਲੱਗਣਾ ਜੋ ਮਰਜ਼ੀ ਉਹਦੀ ਦਾਦੀ ਸਭ ਤੋਂ ਤੇਜ਼ ਆ ਪੂਰੇ ਪਿੰਡ 'ਚ ਪਤਾ ਕੀ ਗੱਲ ਆ ਮੈਂ ਹੈ ਹੈ ਨਹੀਂ ਹੁੰਦੀ ਸੀ ਪਹਿਲੇ ਪਿੰਡ 'ਚ ਹਾਂ ਚੱਲ ਕਿਉਂ ਉਹਦੀ ਦਾਦੀ ਇੰਨੀ ਤੇਜ਼ ਕਿਵੇਂ ਉਹ ਫਸਟ ਐਂਡ ਫਿਰ ਹੀ ਅੱਛਾ ਉੱਥੇ ਆਉਂਦੀ ਰਹੀ ਆ ਉਹ ਨਹੀਂ ਉਹ 1.5 ਲੀਟਰ ਪੈਟਰੋਲ ਪੀਂਦੀ ਰਹੀ ਸਵੇਰੇ ਅੱਛਾ ਆਹੋ ਚਾਹ ਦੀ ਜਗ੍ਹਾ ਅੱਛਾ ਹਾਂ ਚੱਲ ਤੈਨੂੰ ਪਤਾ ਟੋਲ ਵੀ ਨਹੀਂ ਕਟਾਏ ਉਹਨੇ ਕਈ ਜਗ੍ਹਾ ਤੇ ਚੱਲ ਤੂੰ ਮੇਰੀ ਗੱਲ ਸੁਣ ਲਾ ਮੇਰਾ ਖਾਤਾ ਖੋਲ ਦੇ ਮੇਰਾ ਫੇਸਬੁੱਕ ਤੇ ਕਾਕਾ ਮੈਨੂੰ ਸੌਰੀ ਬਾਬਾ ਮੈਨੂੰ ਐ ਲੱਗਦਾ ਤੇਰਾ ਖਾਤਾ ਨਹੀਂ ਤੇਰਾ ਸਰੀਰ ਖੁੱਲਣ ਵਾਲਾ ਥੋੜੇ ਦਿਨਾਂ 'ਚ ਹਸਪੀਟਲ 'ਚ ਕਿਸੇ ਹੈ ਹਾਂ ਨਹੀਂ ਮੈਂ ਤਾਂ ਵਰਜਿਸ਼ ਕਰਦਾ ਮੈਂ ਯੋਗਾ ਵੀ ਕਰਦਾ ਹੁੰਦਾ ਤੜਕੇ ਯੋਗਾ ਕੀ ਕਰਦਾ ਹੁੰਦਾ ਅੱਜ ਕੱਲ੍ਹ ਤੜਕੇ ਤੜਕੇ ਮੈਂ ਪਾਰਕ 'ਚ ਜਾ ਕੇ ਬਹੁਤ ਕਰਦਾ ਮੈਂ ਤੈਨੂੰ ਬਹੁਤ ਅੱਛੇ ਨਾ ਕਰਿਆ ਕਰ ਬਾਬਾ ਜਿਹੜਾ ਤੂੰ ਹੌਲੀ ਹੌਲੀ ਹਜੇ ਪੂਰਾ ਹੋਣਾ ਨਾ ਇਹ ਜਿੰਨੇ ਸਾਹ ਜੇ ਤੇਜ਼ ਤੇਜ਼ ਲੈਂਗਾ ਖਤਮ 8 ਦਿਨ ਪਹਿਲਾਂ ਦੇ ਦੇ ਪੈਣਾ ਤੂੰ ਅੱਛਾ ਹਾਂ ਉਹ ਮੈਂ ਤਾਂ 9 ਜੇ ਆਏ ਵੀ ਕਰਦਾ ਹੁੰਦਾ ਬਹੁਤ ਅੱਛੇ ਇਹਦੀ ਜਗ੍ਹਾ ਇੰਨੇ ਗੱਲ ਕਰ ਤੂੰ ਤਾਂ ਖਾਤੇ ਗਾਉਣਾ ਇਹ ਜਗ੍ਹਾ ਇੰਜ ਕਰੇਗਾ ਨਾ ਇੰਜਨ ਫਿਰ ਇੱਥੇ ਲਾਏਗਾ ਫਿਰ ਹੁੰਦੀ ਮੈਡੀਟੇਸ਼ਨ ਇਹ ਦੇਖੀ ਐਨਰਜੀ ਕਿੰਨੀ ਮਿਲਦੀ ਹੈ ਤੈਨੂੰ ਕੀ ਲੱਗਦਾ ਬਾਬਾ ਕੱਲਾ ਯੋਗਾ ਤੂੰ ਹੀ ਕੀਤਾ ਉਹ ਮੇਰੀ ਗੱਲ ਸੁਣ ਲੈ ਮੇਰੀ ਨਿਗਾਹ ਬਣੀ ਆ ਨਵੀਂ ਨਵੀਂ 1.5 ਘੰਟੇ ਤੋਂ ਬਾਬਾ ਮੈਂ ਤੈਨੂੰ ਹੀ ਸੁਣਨ ਡਿਆ ਤੇ ਤੈਨੂੰ ਹਜੇ ਵੀ ਕਹੀ ਜਾਣ ਡਿਆ ਮੇਰੀ ਗੱਲ ਸੁਣ ਲੈ ਮੇਰੀ ਗੱਲ ਸੁਣ ਲੈ ਟ੍ਰਾਈਪੋਡ ਦੇ ਟਾਇਰ ਵਰਗਾ ਮੂੰਹ ਆ ਬਾਬਾ ਤੇਰਾ ਹਾਂਜੀ ਮੈਨੂੰ ਇੱਧਰ ਕੋਈ ਗੱਲ ਕਰਨ ਤੋਂ ਸਾਡੇ ਕੋਈ ਨਵਾਂ ਮੁਲਾਜ਼ਮ ਆਇਆ ਹਾਂਜੀ ਆਪਣਾ ਵੈਸੇ ਇੱਕ ਚੀਜ਼ ਦੱਸੋ ਲਵ ਯੂ ਟੂ ਜੀ ਪੁੱਛੋ ਸ਼ਾਦੀ ਹੋ ਗਈ ਤੁਹਾਡੀ ਸਰ ਮੇਰੀ ਗੱਲ ਸੁਣ ਲਓ ਮੈਂ DSP ਸਾਹਿਬ ਨੂੰ ਦੱਸ ਦੇਣਾ ਕਿ ਸਾਡੇ ਪਾਣੀ ਨਹੀਂ ਆਉਂਦਾ ਘਰ 'ਚ ਅੱਛਾ ਇਹ ਦੱਸਣਾ DSP ਸਾਹਿਬ ਨੂੰ ਤੂੰ ਮੈਨੂੰ ਡਰਾਈ ਦਿੱਤਾ ਸੀ ਅਬਾ ਚਲੋ ਕੋਈ ਗੱਲ ਨਹੀਂ ਜੀ ਉਹ ਜਨਾਬ ਨੇ ਤਾਂ ਪੁੱਛਿਆ ਕਿਉਂਕਿ ਜਨਾਬ ਦੀ ਹੋ ਗਈ ਆ ਤੇ ਮੇਰੀ ਨਹੀਂ ਹੋਈ ਮੇਰੀ ਉਹ ਤੇਰੀ ਹੋਣੀ ਵੀ ਨਹੀਂ ਮੈਂ ਤੈਨੂੰ ਦੱਸਾਂ ਕਿਉਂ ਕਿਉਂ ਇਹਦੇ ਸਾਇਦ ਘੋੜੀ ਨਹੀਂ ਮਿਲਣੀ ਨਾ ਨਹੀਂ ਮਿਲਣੀ
ਮੈਨੂੰ ਲੱਗਦਾ ਘੋੜੀ ਮਿਲ ਸੀ ਤੇ ਕੁੜੀ ਨਹੀਂ ਮਿਲਣੀ। ਨਹੀਂ ਮਿਲਣੀ। ਹਾਂ ਤੇ ਅੱਛਾ ਦੇਖੋ ਡੀਐਸਪੀ ਸਾਹਿਬ ਦੱਸਣ ਦੀ ਕੋਈ ਲੋੜ ਨਹੀਂ, ਵੈਸੇ ਤੁਸੀਂ ਦੱਸੋ ਤੁਸੀਂ ਵਿਆਹ ਕਿਉਂ ਨਹੀਂ ਕਰਾਇਆ? ਵਿਆਹ ਤੁਹਾਨੂੰ ਆਫਰ ਨਹੀਂ ਆਇਆ ਕਦੀ, ਮਤਲਬ ਪ੍ਰਪੋਜ਼ ਨਹੀਂ ਆਇਆ ਵਿਆਹ ਦਾ? ਸਰ ਦਰਸ਼ਨ ਮੀਂਹ ਆ ਗਿਆ ਹੋਣਾ ਜੀ, ਮੀਂਹ ਬਾਰਿਸ਼। ਬ੍ਰਦਰ ਨੂੰ ਸਾਰਾ ਕੁਝ ਪਤਾ ਹੀ ਹੁੰਦਾ ਉਸ ਦਿਨ ਦਾ। ਓਏ ਉਹ ਉਹ ਸਾਰਾ ਕਿਹਦਾ ਲੈਣ ਡਿਆ? ਉਹ ਕਿਹਦਾ ਸਾਰਾ ਲੈਣ ਡਿਆ ਤੂੰ, ਜਿਹੜਾ ਅੱਗੇ ਸਾਰਿਆਂ ਤੇ ਆ, ਤੂੰ ਉਹਦਾ ਸਾਰਾ ਲੈ ਕੇ ਉਹਨੂੰ ਬੇਸਹਾਰਾ ਕਰਨਾ? ਥਾਣੇਦਾਰਾ ਮੇਰੇ ਸਵਾਲ ਦਾ ਜਵਾਬ ਦੇ ਇੱਕ। ਵਾਹ ਜੀ ਵਾਹ, ਆਓ ਜੀ ਆਓ ਪੁੱਛੋ। ਓਏ ਜੇ ਧਰਤੀ ਗੋਲ ਆ, ਸਾਰੇ ਕਹਿੰਦੇ ਧਰਤੀ ਗੋਲ ਆ, ਤੇ ਫਿਰ ਆਪਾਂ ਘਰ ਚੌਰਸ ਕਾਹਤੋਂ ਬਣਾਉਂਦੇ ਆ? ਬਾਪੂ ਨੇ ਧਰਤੀ ਗੋਲ ਆ, ਗੋਲ ਆ ਤੇ ਘਰ ਚੌਰਸ ਕਿਉਂ ਬਣਾਉਂਦੇ ਆ? ਕਾਹਤੋਂ ਬਣਾਉਂਦੇ ਆ ਮੈਨੂੰ ਦੱਸ। ਲੈ ਵੀ ਘਰ ਦੇ ਪਿਛਲੇ ਗੇਟ ਵਰਗਾ ਮੂੰਹ ਆ ਤੇਰਾ, ਪਿਛਲਾ ਵੀ ਹੁੰਦਾ ਉਹ ਐਵੇਂ ਬਣਾਇਆ ਹੁੰਦਾ ਕਿਸੇ ਨੇ ਫਟੀਆਂ ਫੁੱਟੀਆਂ ਦਾ, ਉਹਦੇ ਵਰਗਾ ਮੂੰਹ ਹੈ। ਇਹਦੀ ਤੂੰ ਗੱਲ ਕੀਤੀ ਚੋ, ਹੁਣ ਤੇਰਾ ਕੀ ਮਤਲਬ ਘਰ ਵੀ ਗੋਲ ਬਣਾ ਲੈਂਦੇ? ਮੈਨੂੰ ਮਤਲਬ ਕੋਈ ਗੁਆਂਢੀਆਂ ਦੇ ਇੱਧਰ ਭੱਜਣ ਡਿਆ, ਕੋਈ ਇੱਧਰ ਪੂਲ ਟੇਬਲ ਚੱਲਣ ਡਿਆ, ਕੀ ਹਿਸਾਬ ਆ ਤੇਰਾ? ਚੱਲ ਫਿਰ ਜੇ ਨਹੀਂ ਜਵਾਬ, ਸਿਆਣਾ ਹੋ ਗਿਆ ਮੰਨ ਲਾ, ਤੈਨੂੰ ਗੱਲਾਂ ਨਹੀਂ, ਤੈਨੂੰ ਜਵਾਬ ਨਹੀਂ ਆਉਂਦਾ ਨਾ, ਨਹੀਂ ਆਉਂਦਾ ਨਾ, ਜਾ ਮੇਰੇ ਲੋ ਜਵਾਬ ਹੈ ਇਹਨੂੰ ਇੱਕ ਵਾਰੀ ਕਹਿ ਦੇ ਸਰ ਸਰ ਸਰ। ਬਸ ਬਾਬਾ ਤੂੰ ਏਦਾਂ ਕਰ, ਤੈਨੂੰ ਨਾ ਮੈਂ ਬਹੁਤ ਸਾਰੇ ਮਿੱਟੀ ਸਟਾਕ ਨਾ ਤੇ ਪਾਣੀ ਪਾ ਕੇ ਤੈਨੂੰ ਛੱਡ ਦੇਣਾ ਵਿੱਚ। ਅੱਛਾ ਅੱਛਾ, ਮੈਂ ਸਰੜ ਸਰੜ ਕਰਕੇ ਦੇਖੀ ਮਿੱਟੀ ਕਿੱਥੇ ਕਰਦਾ। ਹਾਂਜੀ ਕਰ ਦੇ, ਚੱਕ ਦੇ ਫੱਟੇ ਦੇਖੇ ਜਾਊਗੀ। ਵਾਹ ਜੀ ਵਾਹ, ਉਸੇ ਫੱਟੇ ਥੱਲੇ ਆਣਾ ਬਾਬਾ ਤੂੰ, ਕਿਉਂ ਤੂੰ ਚਕਾਣ ਡਿਆ ਫੱਟੇ? ਮੇਰੀ ਗੱਲ ਸੁਣੋ ਜੀ ਬਾਪੂ, ਉਹ ਤੇਰੇ ਤੋਂ ਸ਼ਰਮਾਉਂਦੀ ਆ। ਸ਼ਰਮਾਉਂਦੀ? ਉਹ ਕੀ ਬ੍ਰੈਡ ਪਿਟ ਹੈ? ਮਤਲਬ ਬਾਪੂ ਜੀ ਨੇ ਕੀ ਆ ਉਹ, ਤੈਨੂੰ ਕੀ ਲੱਗਣ ਡਿਆ? ਜੇਮਸ ਬੌਂਡ ਲੱਗਣ ਡਿਆ ਤੈਨੂੰ? ਮਤਲਬ ਵੱਡੇ ਬਜ਼ੁਰਗ ਨੇ। ਅੱਛਾ ਅੱਛਾ ਅੱਛਾ, ਮੇਰੀ ਗੱਲ ਸੁਣੋ ਮੈਡਮ ਜੀ, ਕੁਛ ਗੱਲਾਂ ਜਰਾ ਦਿਮਾਗ 'ਚ ਰੱਖ ਲਓ। ਪਹਿਲੀ ਗੱਲ, ਟਾਈਮ ਤੇ ਆਉਣਾ ਠਾਣੇ, ਠੀਕ ਹੈ। ਦੂਜੀ ਗੱਲ, ਬੋਲੀਆਂ ਤੇ ਕੁਛ ਗੀਤ ਵੀ ਸਾਡੇ ਦਰਸ਼ਕ ਅਕਸਰ ਸੁਣਦੇ ਹੁੰਦੇ ਨੇ, ਹੁਣ ਆਪਣੀ ਸਿਸਟਰ ਦੀ ਡਿਊਟੀ ਤੇ ਨਿਭਾਏਂਗੀ ਤੂੰ, ਨਿਭਾਉਣੀ ਪੈਣੀ ਸੀ। ਔਰ ਮੇਕਅਪ ਥੋੜਾ ਜਿਹਾ ਹੋਰ ਕਰਕੇ ਆਣਾ ਤੁਸੀਂ, ਕਿ ਲੋਕਾਂ ਦਾ ਦਿਲ ਲੱਗਾ ਰਵੇ, ਠੀਕ ਹੈ? ਮੇਰੇ ਨਾਲ ਬਦਤਮੀਜ਼ ਨੀ ਹੋਣਾ, ਨਹੀਂ ਤੇ ਬੇਟਾ ਮੈਂ ਖੜੇ ਖੜੇ ਬੰਦੇ ਜ਼ਿੰਦਗੀ ਤਬਾਹ ਕਰ ਦਿੰਦਾ। ਤੁਹਾਨੂੰ ਨੀ ਪਤਾ ਇਸ ਗੱਲ ਬੈਠੇ ਨੂੰ ਤਾਂ ਕੁਛ ਨੀ ਕਹਿੰਦਾ ਨਾ? ਹਾਂ ਬੈਠੇ ਨੂੰ ਤਾਂ ਕੁਛ ਨੀ ਕਹਿੰਦਾ। ਨਹੀਂ ਨਹੀਂ, ਬੈਠੇ ਨੂੰ ਫਿਰ ਖੜਾ ਕਰਕੇ ਕਰਨਾ ਨਾ ਤਬਾਹ, ਮੈਂ ਨਹੀਂ ਬੈਠੇ ਨੂੰ ਕੁਛ ਕਹਿੰਦਾ। ਬਸ ਫਿਰ ਠੀਕ ਆ ਬਾਬਾ, ਮੈਨੂੰ ਇੱਕ ਚੀਜ਼ ਦੱਸ। ਹਾਂ, ਇਹ ਫੋਨ ਤੈਨੂੰ ਕਿਹਨੇ ਭੇਜਿਆ? ਇਹ ਮੇਰਾ ਪੋਤਾ ਪੌਲ ਬਾਹਰ ਰਹਿੰਦਾ, ਉਹਨੇ ਭੇਜਿਆ। ਬਾਹਰ ਰਹਿੰਦਾ? ਹਾਂ, ਉਹਨੇ ਭੇਜਿਆ? ਹਾਂ, ਉਹਨੇ ਭੇਜਿਆ। ਜਿੱਦਾਂ ਦਾ ਨਾਂ ਹੈ ਮੈਨੂੰ ਲੱਗਦਾ ਉਹਨੇ ਆਪਣੇ ਵਾਲਾ ਵੀ ਕਿਸ਼ਤਾਂ 'ਤੇ ਲਿਆ ਹੋਣਾ, ਪੌਲ ਨੇ ਭੇਜਿਆ।